ਖਬਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਕਰੋੜਾਂ ਦੀ ਲੁੱਟ ਜਿਹੜੀ ਹੋਈ ਸੀ ਉਸ ਮਾਮਲੇ ਦੇ ਵਿੱਚ ਜਿਹੜੀ ਡਾਕੂ ਫੜੀ ਗਈ ਮਨਦੀਪ ਕੌਰ ਉਸ ਤੇ ਕਿਵੇਂ Trap ਲਗਾਇਆ ਗਿਆ ਹਿਮਕੁਟ ਸਾਬ ਦੇ ਵਿੱਚ ਕਿਵੇਂ ਪਹਿਚਾਣ ਹੋਈ ਉਹਨਾਂ ਹਜ਼ਾਰਾਂ ਸ਼ਰਦਾਲੂਆਂ ਦੇ ਵਿੱਚ ਕਿ ਇਹ ਹੀ ਹੈ ਮਨਦੀਪ ਕੌਰ ਜਿਸ ਨੇ CMS ਕੰਪਨੀ ਦੇ ਵਿੱਚ ਕਰੋੜਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ ਇਹ ਉਸ ਲੁੱਟ ਦੀ ਮਾਸਟਰਮਾਈਂਡ ਹੈ ਤੇ ਉਸਦੇ ਪਤੀ ਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ ਹੇਮਕੁੰਡ ਸਾਬ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਇਹ ਵੱਡਾ ਖੁਲਾਸਾ ਕਰਾਂਗੇ ਤਸਵੀਰਾਂ ਦੇ ذریعے ਤੇ ਵੀਡੀਓਜ਼ ਦੇ ذریعے ਇੱਕ ਟਰੈਪ ਲਗਾਇਆ ਗਿਆ ਸੀ ਲੁਧਿਆਣਾ ਦੀ ਪੁਲਿਸ ਦੇ ਵੱਲੋਂ ਜਿਸ ਦੇ ਵਿੱਚ ਇਹ ਖੁਦ ਆ ਕੇ ਫਸ ਗਏ ਇਹ ਖੁਦ ਉੱਥੇ ਪਹੁੰਚੇ ਲੁਧਿਆਣਾ ਪੁਲਿਸ ਦੇ ਕੋਲ ਤੇ ਪਹਿਚਾਣ ਇਹਨਾਂ ਦੀ ਕਰ ਲਈ ਗਈ ਤੇ ਉਸ ਤੋਂ ਬਾਅਦ ਇਹਨਾਂ ਦਾ ਪਿੱਛਾ ਕੀਤਾ ਗਿਆ ਤੇ ਫਿਰ ਜਦੋਂ ਇਕੱਲਿਆਂ ਇਹਨਾਂ ਨੂੰ ਪਾਇਆ ਗਿਆ ਤੇ ਇਹਨਾਂ ਨੂੰ ਧਰਬੋਚ ਲਿਆ ਲੁਧਿਆਣਾ ਪੁਲਿਸ ਦੇ ਉਹਨਾਂ ਅਫਸਰਾਂ ਨੇ ਜਿਹੜੇ ਸਿਵਲ ਦੇ ਵਿੱਚ ਉੱਥੇ ਇਹਨਾਂ ਤੇ ਅੱਖ ਰੱਖੀ ਬੈਠੇ ਸੀ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਇਹ ਲੁਧਿਆਣਾ ਪੁਲਿਸ ਦੇ ਅਫਸਰ ਨੇ ਜਿਹੜੇ ਸਿਵਲ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਟਰੈਪ ਲਗਾਇਆ ਗਿਆ ਸੀ ਨਜ਼ਰ ਰੱਖੀ ਜਾ ਰਹੀ ਸੀ ਉਹਨਾਂ ਸ਼ਰਦਾਲੂਆਂ ਤੇ ਕਿਉਂਕਿ ਸੂਹ ਇਹਨਾਂ ਨੂੰ ਮਿਲੀ ਸੀ ਕਿ ਇਸੇ ਰਸਤੇ ਦੇ ਜ਼ਰੀਏ ਉਹ ਵਾਪਸੀ ਕਪਾੜ ਤੋਂ ਹੇਠਾ ਵੱਲ ਨੂੰ ਕਰ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਇੱਕਰ 트੍ਰੈਪ ਬਣਾਇਆ ਗਿਆ ਕਿਉਂਕਿ ਨਾ ਹੀ ਉੱਥੇ ਕਿਸੇ ਦਾ ਮੂੰਹ ਦਿਖ ਰਿਹਾ ਸੀ ਪਛਾਣ ਕਿਵੇਂ ਹੋਏਗੀ ਇਦਾਂ ਦਾ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ ਕਿ ਆਪਣੀ ਸ਼ਕਲ ਦਿਖਾਓ ਕਿਉਂਕਿ ਉਚਾਈ ਤੇ ਦਰਬਾਰ ਇਹ ਬਣਿਆ ਹੋਇਆ ਤੇ ਠੰਡ ਬਹੁਤ ਜ਼ਿਆਦਾ ਸੀ ਜਿਸ ਕਰਕੇ ਮੂੰਹ ਸਾਰਿਆਂ ਨੇ ਆਪਣੇ ਬੰਨੇ ਹੋਏ ਸੀ ਤੇ ਸਿਰ ਵੀ ਸਾਰਿਆਂ ਨੇ ਟਕੇ ਹੋਏ ਸੀ ਇਹ ਸਭ ਦੇ ਦਰਮਿਆਨ ਪੰਜਾਬ ਪੁਲਿਸ ਦੇ ਅਫਸਰ ਦਿਮਾਗ ਲੜਾਉਂਦੇ ਨੇ ਕਿ ਕਿਉਂ ਨਾ ਫਰੂਟੀ ਦਾ ਲੰਗਰ ਲਗਾਇਆ ਜਾਵੇ ਕਿਉਂ ਨਾ ਫਰੂਟੀ ਪ੍ਰਸ਼ਾਦ ਦੇ ਤੌਰ ਤੇ ਲੋਕਾਂ ਨੂੰ ਵਰਤਾਇਆ ਜਾਵੇ ਤੇ ਕੀ ਪਤਾ ਇਦਾਂ ਹੀ ਕੋਈ ਆ ਜਾਵੇ ਤੇ ਲਵੇ ਤੇ ਪੀਣ ਵਾਸਤੇ ਉਹ ਆਪਣਾ ਮੂੰਹ ਤਾਂ ਖੋਲੇ ਗਈ ਜਿਹੜੇ ਕੱਪੜਿਆਂ ਦੇ ਨਾਲ ਬੰਨਿਆ ਹੋਇਆ ਤਾਂ ਇਸੇ ਜੇ ਚਲਦਿਆਂ ਇਹਨਾਂ ਦੇ ਵੱਲੋਂ ਫਰੂਟੀ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਜਿਸ ਦਾ ਇੰਤਜ਼ਾਰ ਸੀ ਉਹ ਘੜੀ ਵੀ ਆ ਜਾਂਦੀ ਹੈ ਇਹ ਡਾਕੂ ਲੇਡੀ ਮਨਦੀਪ ਤੇ ਉਸ ਦਾ ਪਤੀ ਜਸਵਿੰਦਰ ਇਹ ਦੋਵੇਂ ਜਾਣੇ ਫਰੂਟੀ ਦਾ ਪ੍ਰਸ਼ਾਦ ਲੈਣ ਦੇ ਲਈ ਇਹਨਾਂ ਦੇ ਕੋਲ ਜਾਂਦੇ ਨੇ ਤੇ ਫਰੂਟੀ ਦਾ ਪ੍ਰਸ਼ਾਦ ਜਦੋਂ ਮੁਲਾਜ਼ਮ ਦਿੰਦੇ ਨੇ ਤੇ ਸਾਈਡ ਤੇ ਖੜ ਕੇ ਪੀਂਦੇ ਨੇ ਉਹ ਵਾਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਦੋਂ ਇਹਨਾਂ ਨੇ ਆਪਣੇ ਮੂੰਹ ਤੋਂ ਉਹ ਕੱਪੜੇ ਲਾਹ ਲਈ ਸੀ ਜਿਸ ਦੇ ਨਾਲ ਇਹਨਾਂ ਨੇ ਮੂੰਹ ਆਪਣਾ ਬੰਨਿਆ ਹੋਇਆ ਸੀ ਇਹ ਉਹ ਤਸਵੀਰ ਹੈ ਇਹ ਜਦੋਂ ਫਰੂਟੀ ਦਾ ਪ੍ਰਸ਼ਾਦ ਇਹਨਾਂ ਨੂੰ ਦਿੱਤਾ ਜਾ ਰਿਹਾ ਸੀ ਤੇ ਸਾਈਡ ਤੇ ਕੈਮਰਾ ਵੀ ਖੁੱਲਿਆ ਹੋਇਆ ਸੀ ਤੇ ਉਸ ਦੇ ਵਿੱਚ ਇਨਾਂ ਨੂੰ ਰਿਕਾਰਡ ਕਰ ਲਿਆ ਗਿਆ ਇਹਨਾਂ ਦੀ ਪਛਾਣ ਕਰ ਲਈ ਗਈ ਤੇ ਸੂਝਵਾਨੀ ਕੱਢੀ ਗਈ ਕਿ ਤੁਹਾਡੇ ਤੇ ਟਰੈਪ ਲੱਗਿਆ ਹੋਇਆ ਜਦੋਂ ਫਰੂਟੀਆਂ ਦਾ ਲੰਗਰ ਇਹਨਾਂ ਨੂੰ ਦੇ ਦਿੱਤਾ ਫਰੂਟੀਆਂ ਦਾ ਪ੍ਰਸ਼ਾਦ ਇਹਨਾਂ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਿੱਛਾ ਕੀਤਾ ਗਿਆ ਕਿ ਜੇ ਇੱਥੇ ਇਹਨਾਂ ਨੂੰ ਫੜਿਆ ਜਾਏਗਾ ਤਾਂ ਇੱਥੇ ਸੰਗਤ ਬਹੁਤ ਜ਼ਿਆਦਾ ਇੱਥੇ ਰੋਲਾ ਜ਼ਿਆਦਾ ਪੈ ਜਾਣਾ ਲੋਕਾਂ ਨੇ ਪੈਨਿਕ ਇੱਥੇ ਹੋ ਜਾਣਾ ਤੇ ਸਫਰ ਹਲੇ ਹੇਠਾਂ ਵੱਲ ਨੂੰ ਵੀ ਬਹੁਤ ਜ਼ਿਆਦਾ ਪਿਆਸ ਸੀ ਤਾਂ ਕੁਝ ਮੁਲਾਜ਼ਮ ਇਹਨਾਂ ਦਾ ਪਿੱਛਾ ਕਰਦੇ ਨੇ ਹੇਠਾਂ ਤੱਕ ਇਹਨਾਂ ਦੇ ਜਾਣਦੇ ਨੇ ਤੇ ਜਿੱਥੇ ਸੁਣ ਸੁਣਾਈ ਜਗਾ ਆ ਜਾਂਦੀ ਹੈ ਜਿੱਥੇ ਬਹੁਤੇ ਲੋਕ ਨਹੀਂ ਹੁੰਦੇ ਉੱਥੇ ਜਾ ਕੇ ਇਹਨਾਂ ਨੂੰ ਧਰ ਦਬੋਚ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਇਹਨਾਂ ਦੀ ਪਛਾਣ ਬਕਾਇਦਾ ਕੀਤੀ ਜਾਂਦੀ ਹੈ ਤੇ ਉਹਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਇੱਕ ਵਾਰ ਤੁਹਾਨੂੰ ਉਹ ਵੀਡੀਓ ਦਿਖਾਉਨੇ ਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਇਹ ਸਿਵਲ ਦੇ ਵਿੱਚ ਆਏ ਮੁਲਾਜ਼ਮ ਇਹਨਾਂ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਉਹ ਸਭ ਦੇ ਵਿੱਚ ਇਹ ਚੜਾਈ ਦੌਰਾਨ ਦੀਆਂ ਤਸਵੀਰਾਂ ਨੇ ਜਦੋਂ ਇਹਨਾਂ ਦੇ ਮਗਰ ਇਹ ਲੱਗੇ ਹੋਏ ਸੀ ਇੱਕ ਕਰੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਇਹਨਾਂ ਨੂੰ ਨਾਲ ਲੈ ਜਾ ਕੇ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਆਪਣੇ ਹੱਥੀ ਇਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਪਛਾਣ ਬਕਾਇਦਾ ਇਹਨਾਂ ਦੇ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੁਧਿਆਣੇ ਲੈ ਕੇ ਆਦਾ ਜਾਂਦਾ ਗਿਆ ਤੇ ਇਹ ਸੁਖ ਉਤਾਰਨ ਗਏ ਸੀ ਆਪਣੇ ਕਿ ਸਾਡੀ ਲੁੱਟ ਦੀ ਜਿਹੜੀ ਵਾਰਦਾਤ ਹੈ ਉਹ ਸਫਲ ਹੋ ਜਾਵੇ ਤੇ ਉਸ ਤੋਂ ਬਾਅਦ ਅਸੀਂ ਹਿਮਕੁੰਡ ਸਾਹਿਬ ਜਾਵਾਂਗੇ ਸੁੱਖ ਉਤਾਰਨ ਵਾਸਤੇ ਤਾਂ ਉਸੇ ਦੇ ਤਹਿਤ ਇਹ ਸੁੱਖ ਉਤਾਰਨ ਦੇ ਲਈ ਹਿਮਕੁੰਡ ਸਾਹਿਬ ਜਾਂਦੇ ਨੇ ਤੇ ਉੱਥੇ ਇਹਨਾਂ ਨੂੰ ਜਾਣਕਾਰੀ ਪਰਿਵਾਰ ਦੇ ਕੋਲੋਂ ਹੀ ਮਿਲੀ ਹੁੰਦੀ ਹੈ ਕਿ ਸ਼ਾਇਦ ਇਹ ਨੇਪਾਲ ਚਲੇ ਜਾਣ ਕਿਉਂਕਿ ਪੁਲਿਸ ਨੂੰ ਇਹ ਜਾਣਕਾਰੀ ਸੀ ਕਿ ਹਿਮਕੁੰਡ ਸਾਹਿਬ ਨਤਮਸਤਕ ਹੋ ਕੇ ਇਹ ਉੱਤਰਾਖੰਡ ਦੇ ਜ਼ਰੀਏ ਨੇਪਾਲ ਜਾਣਗੇ ਅਤੇ ਉਸ ਤੋਂ ਬਾਅਦ ਇਹ ਵਿਦੇਸ਼ ਉਡਾਰੀ ਮਾਰ ਸਕਦੇ ਨੇ ਤਾਂ ਪੁਲਿਸ ਦੇ ਕੋਲ ਇੰਨੀਕ ਜਾਣਕਾਰੀ ਸੀ ਪੁਲਿਸ ਦੇ ਵੱਲੋਂ ਪ੍ਰੋਪਰ ਟਰੈਪ ਲਗਾ ਕੇ ਹਿਮਕੁੰਨ ਸਾਹਿਬ ਪਹੁੰਚ ਕੀਤੀ ਗਈ ਉੱਥੇ ਪਹੁੰਚ ਕੇ ਪਛਾਣ ਕਰਨ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਗਈ ਪਰ ਸੰਗਤ ਵੱਡੀ ਗਿਣਤੀ ਦੇ ਵਿੱਚ ਸੀ ਤੇ ਪਛਾਣ ਕਰਨ ਦੇ ਲਈ ਟਰੈਪ ਲਗਾਇਆ ਗਿਆ ਫਰੂਟੀਆਂ ਦਾ ਲੰਗਰ ਲਗਾਇਆ ਗਿਆ ਤੇ ਫਰੂਟੀ ਲੈਣ ਦੇ ਲਈ ਫਰੂਟੀ ਦਾ ਪ੍ਰਸ਼ਾਦ ਲੈਣ ਦੇ ਲਈ ਇਹ ਵੀ ਪਹੁੰਚੇ ਤੇ ਜਦੋਂ ਪੀਣ ਲੱਗੇ ਇਹਨਾਂ ਨੇ ਆਪਣੇ ਮੂੰਹ ਤੋਂ ਕੱਪੜੇ ਉਤਾਰੇ ਤੇ ਉੱਥੇ ਹੀ ਇਹਨਾਂ ਦੀ ਪਛਾਣ ਹੋ ਗਈ ਤਹੇ ਸਮਾਰਟ ਇੰਟੈਲੀਜੈਂਸ ਵੀ ਕਿਹਾ ਜਾ ਸਕਦਾ ਲੁਧਿਆਣਾ ਪੁਲਿਸ ਦੀ ਕਿ ਕਿਸ ਤਰ੍ਹਾਂ ਇਹ ਟਰੈਪ ਲਗਾਇਆ ਗਿਆ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਜਿਵੇਂ ਜਿਵੇਂ ਇਹ આરોપી ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀਆਂ ਇਹਨਾਂ ਦੀਆਂ ਹੋਈਆਂ ਨੇ ਉਸ ਤੋਂ ਬਾਅਦ ਇਹ ਗੱਲ ਬਿਲਕੁਲ ਸਾਫ਼ ਹੋਈ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਤਕਰੀਬਨ ਫਿਲਮੀ ਸਕ੍ਰਿਪਟ ਦੇ ذریعے ਐਦਾਂ ਅੱਗੇ ਵਧ ਰਹੀ ਹੈ ਕਿ ਕਿਵੇਂ ਢੰਗ ਤਰੀਕੇ ਦੇ ਨਾਲ ਇਹਨਾਂ ਨੇ ਪੂਰਾ ਪਲਾਨ ਬਣਾਇਆ ਪਹਿਲਾ ਸੀਐਮਐਸ ਕੰਪਨੀ ਲੁੱਟਣ ਦਾ ਇਹ ਤੇ 4 ਸਾਲ ਤੋਂ ਇੱਕ ਮੁਲਾਜ਼ਮ ਕੰਮ ਕਰ ਰਿਹਾ ਸੀ ਇਹ ਲੇਡੂ ਇਹ ਲੇਡੀ ਜਿਹੜੀ ਡਾਕੂ ਐ ਇਹ ਸੂਤਰ ਤਾਰ ਐ ਇਹਨੇ ਉਹਦੇ ਨਾਲ ਗੱਲ ਕੀਤੀ ਜਿਹੜਾ ਮੁਲਾਜ਼ਮ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ 8-9 ਜਾਣਿਆਂ ਨੂੰ ਅਮੀਰ ਰਾਤੋ ਰਾਤ ਅਮੀਰ ਬਣਨ ਦਾ ਸੁਪਨਾ ਦਿਖਾਇਆ ਉਹਨਾਂ ਨੂੰ ਆਪਣੇ ਚ ਸ਼ਾਮਿਲ ਕੀਤਾ ਜਿਨ੍ਹਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਟਰੈਕ ਰਿਕਾਰਡ ਨਹੀਂ ਹੈ ਉਹਨਾਂ ਨੂੰ ਸ਼ਾਮਿਲ ਕਰਕੇ ਉਸ ਤੋਂ ਬਾਅਦ ਗੱਡੀਆਂ ਦਾ ਪ੍ਰਬੰਧ ਕੀਤਾ ਰਾਤ ਨੂੰ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਇੰਨਾ ਚ ਕਈ ਜਾਣਿਆਂ ਨੇ ਕਿਆ ਕਿਸੇ ਕਦਾਰਨਾਥ ਮੱਥਾ ਟੇਕਣ ਜਾਵਾਂਗੇ ਕਈ ਜਣੇ ਨੇ ਕਿਹਾ ਕਿ ਅਸੀਂ ਹਰਦਵਾਰ ਮੱਥਾ ਟੇਕਣ ਜਾਵਾਂਗੇ ਇਸੇ ਤਰ੍ਹਾਂ ਇਹ ਲੇਡੀ ਡਾਕੂ ਕਹਿੰਦੀ ਹੈ ਕਿ ਮੈਂ ਤਾਂ ਸੁਖ ਸੁਖੀ ਸੀ ਇਹ ਸਾਰਾ ਕੁਝ ਸਹੀ ਸਲਾਮਤ ਹੋ ਜਾਵੇ ਤਾਂ ਹਿਮਕੁੰਡ ਸਾਹਿਬ ਨਤਮਸਤਕ ਹੋ ਕੇ ਆਵਾਂਗੇ ਤਾਂ ਉਸੇ ਦੇ ਤਹਿਤ ਇਹ ਤੇ ਉਸ ਦਾ ਪਤੇ ਜਸਵਿੰਦਰ ਪਹੁੰਚਦੇ ਨੇ ਹਿਮਕੁੰਡ ਸਾਹਿਬ ਪਹੁੰਚਦੇ ਨੇ ਪਰ ਸੱਚੀ ਦਿਲੋਂ ਇਹਨਾਂ ਨੇ ਅਰਦਾਸ ਤਾਂ ਕੀਤੀ ਸੀ ਕਿ ਸਾਡੀ ਲੁੱਟ ਸਫਲ ਹੋ ਜਾਵੇ ਪਰ ਕੰਮ ਇਹਨਾਂ ਦੇ ਮਾੜੇ ਸੀ ਜਿਸ ਕਰਕੇ ਇਹ ਗ੍ਰਿਫਤਾਰ ਵੀ ਹੋਏ ਨੇ ਜਿਸ ਕਰਕੇ ਗੁਰੂ ਦੇ ਦਰਹੀ ਉੱਥੇ ਇਹਨਾਂ ਦੀ ਗ੍ਰਿਫਤਾਰੀ ਵੀ ਪਾਈ ਪਾਈ ਜਾ ਚੁੱਕੀ ਹੈ ਤੇ ਕੱਲ ਇਹਨਾਂ ਨੂੰ ਪੇਸ਼ ਵੀ ਕੀਤਾ ਗਿਆ ਲੁਧਿਆਣਾ ਦੇ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਤੇ ਉਹਦੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਰ 21 ਲੱਖ ਰੁਪਿਆ ਵੀ ਇਹਨਾਂ ਕੋਲੋਂ ਇਸ ਸਬਦੇ ਦੌਰਾਨ ਬਰਾਮਦ ਕੀਤਾ ਗਿਆ ਹੁਣ ਤੱਕ 5 ਕਰੋੜ ਤੇ 96 ਲੱਖ ਰੁਪਿਆ ਰਿਕਵਰ ਕਰ ਲਿਆ ਗਿਆ ਕੰਪਨੀ ਕਹਿੰਦੀ ਸੀ ਕਿ 8 ਕਰੋੜ ਤੋਂ ਵੱਧ ਦੀ ਜਿਹੜੀ ਰਕਮ ਹੈ ਉਹ ਲੈ ਕੇ ਫਰਾਰ ਹੋਏ ਨੇ ਪਰ ਰਕਮ ਦੇ ਵਿੱਚ ਵੀ ਇਹਨਾਂ ਨੂੰ ਹੇਰਾਫੇਰੀ ਦਿਖਾਈ ਦੇ ਰਹੀ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਉਂਦੇ ਸਮੇਂ ਦੇ ਵਿੱਚ ਪ੍ਰੋਪਰ ਕਲੀਅਰ ਕੀਤੀ ਜਾਊਗੀ ਪਰ ਇਹ ਜਿਹੜੀ ਗ੍ਰਿਫਤਾਰੀ ਕੀਤੀ ਹੈ ਇਹ ਫਰੂਟੀਆਂ ਦੇ ਪ੍ਰਸ਼ਾਦ ਦੇ ਪਿੱਛੇ ਆਏ ਤੇ ਉੱਥੇ ਫਸ ਗਏ ਕਿਉਂਕਿ 트੍ਰੈਪ ਲਗਾਇਆ ਗਿਆ ਸੀ ਲੁਧਿਆਣਾ ਪੁਲਿਸ ਦੇ ਅਫਸਰਾਂ ਦੇ